ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਜੀ ਤੁਹਾਡਾ ਸਾਡੇ ਚੈਨਲ 'ਤੇ। ਅੱਜ ਤੁਸੀਂ ਕਹਿਣਾ ਸਵੇਰੇ ਸਵੇਰੇ ਵਲੋਗ ਸ਼ੁਰੂ ਕਰ ਲਿਆ, ਅਤੇ ਸਵੇਰੇ ਸਵੇਰੇ ਦਾ ਕਿ ਸਾਰਿਆਂ ਦੇ ਘਰਾਂ 'ਚ ਇਤਨਾ ਹੀ ਮੈਨੂੰ ਲੱਗਦਾ ਸਵੇਰੇ ਸਵੇਰੇ ਭਜਣਾ ਪਈਆਂ ਹੁੰਦੀਆਂ। ਅਤੇ ਇੱਧਰ ਜੀ ਆ, ਅਤੇ ਉੱਧਰ ਬਾਹਰ ਸਿਰ ਵਗਣ ਡਿਆ, ਉੱਧਰ ਮੰਮੀ ਸਿਰ ਵਾਹੁਣ ਡਿਆ, ਇੱਧਰ ਮੇਰੀ ਟਿੱਡੋ ਦਵਾਲਾਂ ਸਜਾ ਰਹੀ ਆ। ਹੈਲੋ ਟਿੱਡੋ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਇੱਧਰ ਸਾਵਲ ਜੀ ਤਿਆਰ, ਅਤੇ ਬਸ ਸਵੇਰੇ ਸਵੇਰੇ ਦੌੜ ਭਾਜੀ ਪਈ ਹੁੰਦੀ ਆ ਜੀ। ਦੌੜੋ ਦੌੜੋ ਦੌੜੋ, ਇੱਧਰ ਵੇਖੋ, ਇਤਰਾ ਖਲਾਰਾ ਪਿਆ ਹੁੰਦਾ ਸਾਡੇ ਘਰ ਸਵੇਰੇ ਸਵੇਰੇ। ਅਤੇ ਉੱਧਰ ਇੱਧਰ ਕਿਚਨ ਵੇਖ ਲਓ, ਇਹ ਹਾਲ ਆਏ ਹਾਲ, ਕਿਤੇ ਸਬਜ਼ੀ, ਕਿਤੇ ਗੁੜ ਵਾਲਾ ਡੱਬਾ, ਕਿਤੇ ਪਰੌਂਠੀਆਂ, ਕਿਹਦੀ ਸਿੰਪਲ, ਕਿਹਦੀ, ਮੈਂ ਰੋਟੀ ਪਕਾਉਂਦੇ ਪਕਾਉਂਦੇ ਚਲ ਗਈ, ਕਿਹਦੀ ਸਿੰਪਲ, ਕਿਹਦੀ ਲੂਣ ਵਾਲੀ, ਕਿਹਦੀ ਵਾਲੀ, ਦੂਜੇ ਵੀ ਹੈਗੇ ਆ। ਆਏ ਹਾਏ, ਉਹਦੇ ਬਾਜੇ ਦੇ ਉੱਧਰ ਮੰਮੀ ਸਰਦਾਰ ਜੀ ਨੂੰ ਤੋਰਨ ਡਿਆ ਕਿ ਤੁਰੋ 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 ਤੁਰੋ, ਛੇਤੀ ਚਲੋ ਛੇਤੀ ਚਲੋ ਛੇਤੀ ਚਲੋ ਛੇਤੀ ਚਲੋ, ਟਾਈਮ ਹੋ ਗਿਆ ਟਾਈਮ ਹੋ ਗਿਆ। ਚਲੋ ਜੀ, ਇੱਕ ਮੈਂਬਰ ਤਾਂ ਗਿਆ, ਅਤੇ ਮੰਮੀ ਗੇਟ ਬੰਦ ਕਰਕੇ ਆਉਣਗੇ ਸਵੇਰੇ ਸਵੇਰੇ, ਜਿਹੜਾ ਨਾ 6 ਤੋਂ ਲੈ ਕੇ ਨਹੀਂ 5 ਵਜੇ ਉੱਠ ਜਾਈਦਾ, 4:30-5 ਵਜੇ ਉੱਠ ਜਾਈਦਾ। ਅਤੇ ਨਹਾ ਧੋ ਕੇ ਫਿਰ ਮੈਂ ਤਾਂ ਕਿਚਨ 'ਚ ਆ ਜਾਣੀ ਆ, ਮੰਮੀ ਸਿਰ ਸੁਰ ਵਾਹ ਦਿੰਦੇ ਆ, ਅਤੇ ਇਸ ਤਰ੍ਹਾਂ ਹੀ ਚੱਲਦਾ ਕੰਮ, ਸਾਰੇ ਭੱਜੋ ਦੌੜ ਪਈ ਹੁੰਦੀ ਆ। ਲਓ ਉਹ ਫਿਰ ਆ ਗਏ ਜੇ, ਇੱਧਰ ਚਾਹ ਦੁੱਧ, ਅਤੇ ਫਿਰ ਆ ਗਏ ਜੇ। ਬੜੀ ਭਾਈ ਦੌੜ ਪਈ ਆ, ਅਜੇ ਕਿਤੇ ਨਾ ਹੋਰ ਕਿਤੇ ਜੋਬ ਹੋਵੇ ਜਿੱਥੇ ਦਾੜੀ ਬੰਨ ਕੇ ਬੈਲਟ ਲਾ ਕੇ ਟਾਈ ਲਾ ਕੇ ਜਾਣਾ ਹੋਏ, ਇਹਨਾਂ ਸ਼ੁਕਰ ਹੈ ਕਿ ਜੋਬ ਹੀ ਹੈ, ਜਿੱਦਾਂ ਕੁੜਤਾ ਪਜਾਮਾ ਪਾਓ ਸਿਰ 'ਤੇ, ਦਮਾਲਾ ਬਰਨਾ ਬੰਨੋ, ਅਤੇ ਤੁਸੀਂ ਚਲੋ ਜੀ ਜਾ ਸਕਦੇ ਜੀ, ਕੋਈ ਉੱਥੇ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਇਸ ਤਰ੍ਹਾਂ ਹੀ ਤਿਆਰ ਹੋ ਕੇ ਆਉਣਾ ਹੈ। ਸੋ ਜੇ ਕਿਤੇ ਤਿਆਰ ਹੋ ਕੇ ਜਾਣਾ ਪੈ ਜੇ, ਇਹਨਾਂ ਨੂੰ ਤਾਂ ਪਤਾ ਨਹੀਂ ਕੀ ਹੋਵੇ। ਅਤੇ ਆ ਜਾਓ ਜੀ, ਆਪਣੀਆਂ ਆਪਣੀਆਂ ਰੋਟੀਆਂ ਚੁੱਕੋ ਅਤੇ ਖਾਓ, ਅਤੇ ਪ੍ਰਭੂ ਦੇ ਗੁਣ ਗਾਓ। ਪ੍ਰਭੂ ਦੇ ਗੁਣ ਤਾਂ ਵੈਸੇ ਸਵੇਰ ਦੇ ਗਾਉਣ ਡੇ ਜੇ, ਸਵੇਰੇ ਉੱਠ ਕੇ ਨਿਤਨੇਮ ਕਰਨ ਤੋਂ ਬਗੈਰ ਰੋਟੀ ਨਹੀਂ ਖਾਂਦੇ, ਹੈ ਨਾ। ਬਿਲਕੁਲ ਜੀ ਬਿਲਕੁਲ, ਤੁਰਨਾ ਫਿਰਨਾ ਹੀ ਆ ਵਾਲੇ ਜ਼ਮਾਨੇ 'ਚ, ਜੇ ਬੰਦਾ ਤੁਰਦਾ ਫਿਰਦਾ ਨਾ ਤੇ ਉਹੀ ਬਹੁਤ ਹੈ। ਦਵਾਈਆਂ ਖਾ ਕੇ ਬੰਦਾ ਤੁਰਦਾ ਰਹੇ ਨਾ, ਇਸ ਤੋਂ ਵੱਡੀ ਤੇ ਕੋਈ ਨਿਆਮਤ ਹੀ ਨਹੀਂ ਹੈਗੀ ਜੀ। ਬਿਲਕੁਲ, ਚਲੋ ਜਿੱਦਾਂ ਵੀ ਕਰਨਾ ਕਰੋ, ਆਲੂ ਬੈਂਗਣ ਦੀ ਸਬਜ਼ੀ ਵੀ ਬਣੀ ਆ, ਬੜੀਆਂ ਡਿਮਾਂਡਾਂ ਸਾਡੇ ਘਰਦਿਆਂ ਦੀਆਂ ਕਿ ਆਹ ਨਹੀਂ ਖਾਣਾ। ਮੈਂ ਰਾਤੀ ਖਾਧੀ ਸੀਗੀ, ਬਹੁਤ ਸਵਾਦ ਆ, ਪਰ ਮੈਂ ਮਤਲਬ ਕਿ ਮੈਂ ਨਹੀਂ ਖਾਣੇ। ਮੈਂ ਨਾ ਦੇਸੀ ਘਿਓ ਦਾ ਤੜਕਾ ਲਾਇਆ ਇਹਨੂੰ, ਆਲੂ ਬੈਂਗਣ ਨੂੰ, ਆਲੂ ਬੈਂਗਣ ਦੇਸੀ ਘਿਓ 'ਚ ਬਣਾਈਏ ਤਾਂ ਬੜੇ ਸਵਾਦ ਬਣਦੇ ਆ। ਦੇਖੋ ਬਾਕੀ
ਕਿਉਂ ਜੰਮਿਆ ਪਿਆ ਹੁਣ ਸਾਵਲ ਵੀ ਕਹਿੰਦਾ ਮੈਂ ਸਬਜ਼ੀ ਨਹੀਂ ਲੈ ਕੇ ਜਾਣੀ ਸਾਵਲ ਨੇ ਵੀ ਜਿਹੜੀ ਆ ਲੂਣ ਜਵੈਣ ਵਾਲੀ ਰੋਟੀ ਪਰੌਂਠੀ ਲੈ ਕੇ ਜਾਣੀ ਆ ਇਹਨਾਂ ਨੇ ਉੱਥੇ ਅਚਾਰ ਰੱਖਿਆ ਆ ਅਤੇ ਜਿੱਦਾਂ ਦਿਲ ਕਰਦਾ ਅਚਾਰ ਨਾਲ ਰੋਟੀ ਖਾ ਲੈਂਦੇ ਆ ਪਰ ਅਚਾਰ ਪਤਾ ਨਹੀਂ ਕਿਉਂ ਸਾਡੇ ਸਾਰਿਆਂ ਦਾ ਬੜਾ ਫੇਵਰੇਟ ਆ ਅਤੇ ਸਬਜ਼ੀ ਅਜੇ ਕੜੀ ਵੀ ਪਈ ਆ ਆਲੂ ਬੈਂਗਣ ਵੀ ਪਏ ਆ ਮੈਨੂੰ ਲੱਗਦਾ ਪਨੀਰ ਦੀ ਭੁਰਜੀ ਵੀ ਸ਼ਾਇਦ ਹੋਣੀ ਆ ਪਤਾ ਨਹੀਂ ਮੈਨੂੰ ਵੇਖਣਾ ਪੈਣਾ ਅਤੇ ਪਰ ਜਿਹੜਾ ਖੜਨਾ ਨਾ ਉਹ ਖੜਨੀ ਆਪਾਂ ਸਿੰਪਲ ਰੋਟੀ ਆ ਦੁੱਧ ਖੜਨਾ ਅੱਜ ਦੁੱਧ ਵੀ ਨਹੀਂ ਖੜਨਾ ਚਲੋ ਜਿਵੇਂ ਤੁਸੀਂ ਕਰਨਾ ਕਰੋ ਜੀ ਸਵੇਰੇ ਸਵੇਰੇ ਡਿਮਾਂਡਾਂ ਹੀ ਨਹੀਂ ਪੂਰੀਆਂ ਹੁੰਦੀਆਂ ਇਹਨਾਂ ਦੀਆਂ ਵੀ ਇਹਨਾਂ ਨੇ ਕੀ ਖਾਣਾ ਅਤੇ ਕੀ ਨਹੀਂ ਬਣਾਇਆ ਅਸੀਂ ਕੁਛ ਹੁੰਦਾ ਚਾਹੀਦਾ ਇਹਨਾਂ ਨੂੰ ਕੁਛ ਹੁੰਦਾ ਮੈਨੂੰ ਲੱਗਦਾ ਸਾਰੇ ਘਰਾਂ 'ਚ ਇਹੀ ਰੌਲਾ ਪਿਆ ਹੁੰਦਾ ਉਹਨਾਂ ਨੂੰ ਸਵੇਰੇ ਸਵੇਰੇ ਕੀ ਆ ਕੀ ਬਣਾਉਣਾ ਕੀ ਖਾਣਾ ਟਿਫਨ ਕੀ ਪੈਕ ਕਰਨੇ ਕੀ ਕਿਹਦੇ ਲਈ ਕੀ ਖਾਣਾ ਪਹਿਲੀ ਗੱਲ ਤਾਂ ਅਸੀਂ ਰਾਤ ਤੋਂ ਸ਼ੁਰੂ ਕਰ ਲੈਂਦੇ ਹਾਂ ਅਸੀਂ ਜਨਾਨੀਆਂ ਰਾਤ ਨੂੰ ਸੋਚਦੇ ਹਾਂ ਹਾਏ ਸਵੇਰੇ ਟਿਫਨ 'ਚ ਕੀ ਪਾਉਣਾ ਆ ਖਾ ਕੇ ਬ੍ਰੇਕਫਾਸਟ ਕੀ ਕਰਕੇ ਜਾਣਾ ਆ ਅਤੇ ਸਾਨੂੰ ਜਿਹੜਾ ਰਾਤ ਹੀ ਫਿਕਰ ਪਿਆ ਹੁੰਦਾ ਕਿ ਕੀ ਕਰਨਾ ਆ ਅਤੇ ਵੈਸੇ ਤਕਰੀਬਨ ਸਾਡਾ ਜਿਹੜਾ ਆ ਮਿੱਸੀ ਰੋਟੀ ਤਾਂ ਸਾਡੀ ਡੇਲੀ ਬਣਦੀ ਬਣਦੀ ਆ ਮਲਟੀਗ੍ਰੇਨ ਹੋ ਗਈ ਕੋਦਰੇ ਦੀ ਹੋ ਗਈ ਚਾਹ ਆਹ ਵਾਲੀ ਹੁਣ ਥੋੜ੍ਹੇ ਦਿਨਾਂ ਤੋਂ ਇਹ ਚੱਲਣ ਡਈ ਆ ਬਾਜਰੇ ਦੇ ਵਿੱਚ ਆਟਾ ਮਿਕਸ ਕੀਤਾ ਆ ਕਣਕ ਦਾ ਅਤੇ ਫਿਰ ਇਕੱਲੀ ਬਾਜਰੇ ਦੀ ਇਕੱਲੀ ਬਾਜਰੇ ਦੀ ਵੀ ਆਟਾ ਮਿਕਸ ਕੀਤਾ ਵਿੱਚ ਸੋ ਤਿਆਰ ਹੋਣ ਡੇ ਹੁਣ ਮੈਂ ਇਹਨਾਂ ਨੂੰ ਪਹਿਲਾਂ ਰੋਟੀ ਪਾਣੀ ਦੇ ਲਾਂ ਅਤੇ ਫਿਰ ਕਰਦੇ ਹਾਂ ਗੱਲਬਾਤ ਲਓ ਜੀ ਰੋਟੀ ਪਾਣੀ ਸਭ ਨੇ ਅਤੇ ਬਸ ਹੁਣ ਇਹਨਾਂ ਦੀ ਤਿਆਰੀ ਆ ਅਤੇ ਬਸ ਜਿਹੜਾ 6 ਤੋਂ ਲੈ ਕੇ 7 ਵਜੇ ਤੱਕ ਜਿਹੜਾ ਆ ਚੰਗਾ ਅੱਲਾ ਗੁੱਲਾ ਚੱਲਦਾ ਆ ਕਿਸੇ ਦਾ ਸਿਰ ਵਾ ਕੇ ਦਾ ਉਹ ਕਰ ਖੁਦ ਕਰ ਮਿਲਾਂ ਦਾ ਸਾਰੇ ਘਰਾਂ ਦਾ ਇਹੀ ਰੂਟੀਨ ਹੋਣਾ ਆ ਇਸ ਤਰ੍ਹਾਂ ਹੀ ਦੌੜ ਭੱਜ ਪੈਂਦੀ ਆ ਹੁਣ ਅਸੀਂ ਆਰਾਮ ਨਾਲ ਬਹਿ ਕੇ ਜਾਣਾ ਅਤੇ ਬਹਿ ਕੇ ਅਸੀਂ ਰੋਟੀ ਖਾਣੀ ਆ ਅਤੇ ਰੋਟੀ ਖਾ ਕੇ ਫਿਰ ਕੰਮ 'ਤੇ ਤੁਰਨਾ ਦੁਬਾਰਾ ਫਿਰ ਕੋਈ ਕੱਪੜੇ ਧੋ ਡਸਟਿੰਗ ਕਰ ਬੈਡਸ਼ੀਟ 'ਚ ਕਰ ਸਾਰਾ ਕੁਝ ਜੋ ਹੁੰਦਾ ਸਭ ਦੇ ਘਰ ਦਾ ਰੂਟੀਨ ਉਹੀ ਕੰਮ ਕਰਨਾ ਆ ਅਤੇ ਫਿਰ ਜਿਹੜਾ ਕੰਮ ਆ ਸ਼ਾਮੀ ਕਿੰਨੇ ਵਜੇ ਸ਼ੁਰੂ ਹੋਣਾ ਕਿੰਨੇ ਵਜੇ ਆਉਂਦੇ ਤੁਸੀਂ 3 ਵਜੇ ਫਿਰ 3 ਹਾਂ 3:30 ਆਉਂਦੇ ਆ ਅਤੇ ਮੈਂ ਪਰ 2:30 ਵਜੇ ਜਿਹੜੀ ਆ ਸਬਜ਼ੀ ਬਣਾਉਣੀ ਜਿਹੜੀ ਸ਼ੁਰੂ ਕਰ ਦਿੰਦੀ ਹਾਂ ਸਬਜ਼ੀ ਅਸੀਂ ਬਣਾ ਲੈਂਦੇ ਇਹਨਾਂ ਦੇ ਆਉਣ ਤੋਂ ਪਹਿਲਾਂ ਕਿਉਂਕਿ ਸਾਵਲ ਦੇ ਪਾਪਾ ਨੇ ਆ ਕੇ ਰੋਟੀ ਖਾਣੀ ਹੁੰਦੀ ਉਹ ਰਾਤ ਨੂੰ ਨਹੀਂ ਖਾਂਦੇ ਉਹਨਾਂ ਨੇ ਆ ਕੇ ਖਾ ਲੈਣੀ ਹੁੰਦੀ ਆ ਅਤੇ ਬਸ ਹੁਣ ਨਿਕਲਣ ਵਾਲੇ ਹੀ ਆ ਸਾਵਲ ਜੀ ਖਾਂਦੇ ਆ ਚਾਰ ਨਾਲ ਪਰੌਂਠੀ ਇਹਨਾਂ ਦਾ ਆਪਣਾ ਹੀ ਸਵਾਦ ਆ ਰੋਜ਼ ਹੀ ਖਾਂਦਾ ਆ ਇਹਨੂੰ ਸਵਾਦ ਲੱਗਦੀ ਆ ਇਹ ਸਾਡੀ ਸਾਰਿਆਂ ਦੀ ਫੇਵਰੇਟ ਆ ਅੱਜ ਨੂੰ ਕੋਈ ਇਹਨੂੰ ਪੁੱਛਿਆ ਨਾ ਕੀ ਖਾਣਾ ਸਭ ਦੇ ਆ ਪਰ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ ਵਰੁਣ ਘਰੇ ਆਉਂਦਾ ਆ ਅਤੇ ਅਸੀਂ ਸੋਚਦੇ ਹਾਂ ਕਿ ਉਹਦੇ ਲਈ ਸਪੈਸ਼ਲ ਕੁਛ ਬਣਾਉਂਦੇ ਹਾਂ ਅਤੇ ਉਹਨੂੰ ਪੁੱਛੀਏ ਵੀ ਕੀ ਖਾਣਾ ਵਰੁਣ ਇੱਕ ਤਾਂ ਉਹਨੇ ਪਨੀਰ ਦੀ ਭੁਰਜੀ ਖਾਣੀ ਹੁੰਦੀ ਆ ਉਹ ਹਮੇਸ਼ਾ ਬਣਦੀ ਆ ਅਤੇ ਦੂਸਰਾ ਉਹਨੇ ਖਾਣਾ ਹੁੰਦਾ ਆ ਕਿ ਪਰੌਂਠੀਆਂ ਉਹਨੇ ਸੁੱਤਾ ਵੀ ਹੋਊਗਾ ਨਾ ਸੁੱਤਾ ਉੱਠ ਕੇ ਹੀ ਵਿੱਚੋਂ ਆ ਕੇ ਮੈਨੂੰ ਕਹਿਣਾ ਮੰਮਾ ਮੇਰੀਆਂ ਪਰੌਂਠੀਆਂ ਬਣਾ ਦਿਓ 4-5 ਇੰਨਾ ਸ਼ੌਕੀਨ ਆ ਉਹ ਪਰੌਂਠੀਆਂ ਦਾ ਅਚਾਰ ਅੰਬ ਦਾ ਅਚਾਰ ਅਤੇ ਪਰੌਂਠੀਆਂ ਤਾਂ ਹੀ ਅਸੀਂ ਇੰਨਾ ਸਾਰਾ ਅਚਾਰ ਬਣਾਉਂਦੇ ਹਾਂ ਮੈਂ ਸਾਵਲ ਬਹੁਤ ਬਹੁਤ ਅਚਾਰ ਖਾਂਦਾ ਕਿਉਂ ਸਾਵਲ ਕਿੰਨਾ ਅਚਾਰ ਖਾਂਦਾ ਘਰ ਦਾ ਮਤਲਬ ਇਹ ਨਹੀਂ ਉਹ ਤਾਂ ਜਿਹੜਾ ਬਾਜ਼ਾਰ ਵਾਲਾ ਉਹ ਤਾਂ ਗਲਾ ਹੀ ਵੱਢ ਦਿੰਦਾ ਇਹ ਤਾਂ ਇਹਨੇ ਗਲਾ ਥੋੜ੍ਹੀ ਖਰਾਬ ਕਰਨਾ ਘਰ ਵਾਲੇ ਅਚਾਰ ਨੇ ਅਤੇ ਉਹ ਕਿਉਂਕਿ ਉਹ 'ਚ ਉਹਨਾਂ ਨੇ ਸਿਰਕਾ ਵਗੈਰਾ ਪਾਇਆ ਹੁੰਦਾ ਆ ਅਤੇ ਮੈਂ ਵੀ ਹੁਣ ਵੈਸੇ ਤੁਸੀਂ ਕਹਿਣਾ ਵੀ ਪਤਾ ਨਹੀਂ ਕਿੱਥੇ ਮੂੰਹ ਚੁੱਕਿਆ ਅਤੇ ਮੈਂ ਵੀ ਅਚਾਰ ਹੀ ਲੱਭਣ ਡਈ ਹਾਂ ਅਚਾਰ ਤਾਂ ਵੈਸੇ ਕਿੰਨੇ ਪਏ ਆ ਅਤੇ ਪਰ ਮੈਂ ਜਿਹੜਾ ਆ ਕਿ ਅੰਬ ਦਾ ਅਚਾਰ ਲੱਭਣ ਡੀ ਹਾਂ ਵਿੱਚੋਂ ਵੈਸੇ ਮੈਂ ਲਈ ਆ ਉਹਦੀ
ਆਪਣੀ ਰੋਟੀ ਦੂਸਰੀ ਬਾਜਰੇ ਦੀ ਸੋ ਸਵੇਰੇ ਸਵੇਰੇ ਖਲਾਰਾ ਬੜਾ, ਜੇ ਖਲਾਰੇ ਵੱਲ ਧਿਆਨ ਨਾ ਦਿਓ ਇਹ ਹੌਲੀ ਹੌਲੀ ਸੰਗਤ ਜਾਊਗੀ ਅਤੇ ਫਿਰ ਆਪਾਂ ਸਮਾਨ ਸਮੇਟਣਾ ਸਾਰਾ, ਫਿਰ ਸਫਾਈ ਸਫੂਈ ਹੋਣੀ ਆ ਅਤੇ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ 3 ਵਜੇ ਤੱਕ ਐਂ ਘਰ ਮਤਲਬ ਘਰ ਲੱਗਦਾ ਆ। ਜਦੋਂ ਆ ਜਾਣਾ ਫਿਰ ਦੇ ਦਿੱਤੀ ਕਿਤੇ ਕੱਪੜਾ ਕਿਤੇ ਕੁਛ ਸਾਰਾ ਕੁਛ ਦਿੱਤਾ। ਇਹ ਡੇਲੀ ਦੀ ਰੂਟੀਨ ਆ, ਡੇਲੀ ਇਹੀ ਕੁਛ ਹੀ ਹੁੰਦਾ। ਕਿਉਂ ਸਾਵਲ ਸਾਵਲ ਕਹਿਣਾ ਮੇਰੀ ਆਪਣੀ ਡੇਲੀ ਦੀ ਰੂਟੀਨ ਆ, ਨਹਾਓ ਧੋ ਬੈਗ ਪੈਕ ਕਰੋ ਰੋਟੀ ਖਾਓ ਸਕੂਲ ਜਾਓ। ਟਾਈਮ ਹੋ ਗਿਆ 7:12 ਹੋ ਗਏ ਜੇ ਅਤੇ ਨਿਕਲ ਜਾਣ ਟਾਈਮ ਹੋ ਗਿਆ। ਸੋ ਇਹ ਸੀ ਅੱਜ ਦਾ ਸਾਡਾ ਛੋਟਾ ਜਿਹਾ ਵਲੌਗ, ਵੀ ਸਾਰਿਆਂ ਦੇ ਘਰਾਂ 'ਚ ਮੈਨੂੰ ਲੱਗਦਾ ਇਹੀ ਰੂਟੀਨ ਹੋ ਗਈ ਸਾਡੀ ਅਤੇ ਇਹ ਵਾਲੀ ਰੂਟੀਨ ਆ। ਤੁਸੀਂ ਆਪਣੀ ਦੱਸਿਓ ਕਿ ਤੁਹਾਡੀ ਕੁਛ ਅਲੱਗ ਆ, ਪਰ ਸਵੇਰੇ ਜਿਹੜਾ ਸ਼ੁਰੂਆਤ ਸਾਡੀ ਜਿਹੜੀ ਆ ਨਹਾ ਧੋ ਕੇ ਮਹਾਰਾਜ ਦਾ ਨਾਂ ਲੈ ਕੇ ਅਤੇ ਫਿਰ ਹੁੰਦੀ ਆ, ਅਤੇ ਫਿਰ ਸਿੱਧੇ ਕਿਚਨ 'ਚ ਦੌੜੀ ਦਾ ਕਿ ਦੌੜ ਦੌੜ ਦੌੜੋ 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 ਦੌੜੋ। ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।